ਸੋਸ਼ਲ ਮੀਡੀਆ ਉੱਤੇ ਪੰਜਾਬ ਮੀਡੀਆ ਸੈਲੀਬ੍ਰਿਟੀ ਦਾ ਇੱਕ ਦੂਜੇ ਨਾਲ ਵਿਵਾਦ ਹੋਣਾ ਲੱਗਦਾ ਹੈ ਕਿ ਕੋਈ ਆਮ ਜੀ ਗੱਲ ਹੋ ਚੁੱਕੀ ਹੈ। ਆਏ ਦਿਨ ਕੋਈ ਨਾ ਕੋਈ ਕਲਾਕਾਰ ਕਿਸੇ ਦੂਜੇ ਕਲਾਕਾਰ ਨਾਲ ਵਿਵਾਦ ਵਿੱਚ ਰਹਿੰਦਾ ਹੈ। ਹਾਲ ਹੀ ਵਿੱਚ ਜੋ ਵਿਵਾਦ ਚੱਲ ਰਿਹਾ ਹੈ ਉਹ ਅਸਲ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਧਮਕ ਭੇਸ ਵਾਲੇ ਮੁੱਖ ਮੰਤਰੀ ਅਤੇ ਵੱਡਾ ਗਰੇਵਾਲ ਵਿੱਚ ਚੱਲ ਰਿਹਾ ਹੈ। ਅਸਲ ਵਿੱਚ ਮੁੱਖ ਮੰਤਰੀ ਨੇ ਆਪਣੀ ਵੀਡੀਓ ਵਿੱਚ ਵੱਡਾ ਗਰੇਵਾਲ ਬਾਰੇ ਗਲਤ ਬੋਲਿਆ ਸੀ। ਇਸ ਦਾ ਵੱਡਾ ਗਰੇਵਾਲ ਨੇ ਰਿਪਲਾਈ ਕੀਤਾ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਚੱਲ ਕਾਹਨੂੰ ਬੋਲਣਾ, ਵਾਹਵਾ ਦਿਨ ਹੋ ਗਏ ਸੀ, ਕਰ ਦਾਂਗੇ ਜੀ। ਕਿੱਥੇ ਚੱਲੇ ਹੋ ਜੀ ਮੰਤਰੀ ਜੀ? ਅਸੀਂ ਜੀ ਉਹ ਵੱਡਾ ਛੋਟਾ ਕੜਿਆਲ ਆ ਜਿਹੜਾ ਨਾ, ਵੱਡਾ ਛੋਟਾ ਕੜਿਆਲ ਟਟੀੜੀ, ਤੈਨੂੰ ਇਹਨਾਂ ਦੱਸਤਾ, ਠੀਕ ਆ? ਧਿਆਨ ਨਾਲ ਬੋਲੀ ਜਾਂਦਾ, ਅਕਲ ਨਾਲ ਬੋਲੀ ਜਾਂਦਾ ਹਰੇਕ ਨੂੰ, ਠੀਕ ਆ? ਅਤੇ ਖਿੱਚ ਕੀ ਹੈ, ਆਹ ਦੋ ਤਿੰਨ ਮੇਰੀਆਂ ਫੋਟੋਆਂ ਥੱਲੇ ਕਮੈਂਟ ਕਰੀ ਜਾਂਦੇ ਆ, ਕਰਦਾ ਬਹੁਤ ਲੈ ਭਾਬੇ, ਪਿਸ਼ਕੀਆਂ ਹੋ ਜਾਓਗੇ। ਬੈ ਦੱਸਤਾ ਤੁਹਾਨੂੰ ਮੈਂ, ਠੀਕ ਆ? ਬਸ ਆਹੀ ਜਵਾਬ ਦੇਣਾ ਸੀ ਮੈਂ। ਕਾਰਾਂ ਦੇ ਸਨ ਰੂਪ ਵਿੱਚ ਦੀ ਨਿਕਲ ਕੇ ਇਹਦੀਆਂ ਟਟੀਰੀ ਵਰਗੀਆਂ ਲੱਤਾਂ, ਝੂਪੇ ਵਰਗਾ ਮੂੰਹ, ਐਂ ਕਹਿਣ ਨਾਲ ਕੋਈ ਨਹੀਂ ਹੁੰਦਾ, ਠੀਕ ਆ? ਥਾਪੜੇ ਪੈਣ ਲੱਗ ਗਏ ਨਾ, ਦਿਖਣਾ ਨਹੀਂ ਕਿਸੇ ਨੇ, ਵੜਗੀਆਂ ਲੱਤਾਂ ਵਾਲਾ, ਝੂਪੇ ਵੜਗਿਆ ਮੂੰਹ ਵਾਲਾ, ਉਹਦੇ ਕੋਲ ਚੱਲਿਆ, ਕੀ ਕਰ ਲੇਗਾ ਫਿਰ ਮੇਰੇ ਕੋਲ ਆ ਕੇ? ਮੈਂ ਤਾਂ ਸਾਲਿਆ ਤੈਨੂੰ ਐਵੇਂ ਨਹੀਂ ਕਹਿ ਸਕਦਾ ਵੀ ਤੂੰ ਇਕੱਲੇ ਹੀ ਘੋਲੀ ਮੇਰੇ ਨਾਲ, ਥੱਪੜ ਮਾਰਿਆ ਤੇਰੇ ਤੈਨੂੰ ਸਾਹ ਚੜ ਜੂ, ਠੀਕ ਆ? ਆਹ ਤੂੰ ਜਿਨ੍ਹਾਂ ਦੀਆਂ ਉਂਗਲਾਂ 'ਤੇ ਚੜਿਆ ਫਿਰ ਤਾਂ ਕਿਸੇ ਨੇ ਨਹੀਂ ਖੜਨਾ, ਜਿਹੜੇ ਤੇਰੀ ਸਪੋਰਟ ਜੀ 'ਚ ਖੜਦੇ ਨੇ ਕਿਸੇ ਨੇ ਨਹੀਂ, ਕੁਛ ਨਹੀਂ। ਥੈਂਕ ਯੂ ਸੋ ਮੱਚ, ਠੀਕ ਆ? ਅੱਜ ਤੋਂ ਬਾਅਦ ਨਾ ਬੋਲੀ, ਕੁੱਤਾ ਲਿਆਏਗਾ ਐਡਾ ਕਤੂਰਾ ਸਾਲਿਆ, ਉੱਡਾ ਕੀ ਤੂੰ ਆ, ਉੱਡਾ ਕੀ ਤੇਰਾ ਕੁੱਤਾ, ਗੰਦਾ।